ਕਿੰਨੇ ਪੇਪਰ ਚੈੱਕ ਹੋ ਗਏ ਮੈਡਮ? ਬਸ ਲੱਗੀ ਹੋਈ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਸੱਚੀ। ਛੁੱਟੀਆਂ ਤਾਂ ਹੋ ਗਈਆਂ ਪਰ ਸਾਨੂੰ ਕਾਹਦੀ ਛੁੱਟੀਆਂ? ਮੈਂ ਤਾਂ ਇਸ ਵਾਰ ਪਲਾਨ ਵੀ ਬਣਾਏ ਸੀ ਕਿ ਕੁੱਲੂ ਮਨਾਲੀ ਜਾ ਕੇ ਆਵਾਂਗੇ, ਪਰ ਸਾਡੀਆਂ ਕਾਹਦੀਆਂ ਛੁੱਟੀਆਂ? ਆ ਸਰਕਾਰਾਂ ਨੇ ਸਾਡੀ ਇਲੈਕਸ਼ਨਾਂ ਦੇ ਵਿੱਚ ਡਿਊਟੀਆਂ ਲਵਾ ਦੀਆਂ, ਸਰਕਾਰ ਆਪ ਤਾਂ ਕੁਝ ਕਰਦੀ ਨਹੀਂ, ਸਾਨੂੰ ਫਸਾ ਦਿੰਦੇ ਆ। ਸਹੀ ਬਾਤ ਹੈ, ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਹਮੇ ਕਰਨਾ ਕਿਆ ਹੈ, ਕਿਉਂਕਿ ਬੱਚੇ ਨਾ ਪੜ੍ਹਨੇ ਕਾ ਨਾਮ ਲੇਤੇ ਹੈ ਔਰ ਪੜ੍ਹਨੇ ਕੋ ਕਹਿ ਦੋ ਤੋ ਉਸਕੇ ਬਾਅਦ ਔਰ ਸ਼ਰਾਰਤੇ ਕਰਤੇ ਹੈ, ਔਰ ਉਸਕੇ ਬਾਅਦ ਜਬ ਰਿਜ਼ਲਟ ਆਤਾ ਹੈ ਤੋ ਇਨਕੇ ਪੇਰੈਂਟਸ ਹਮਾਰੇ ਮੱਥੇ ਚੜ ਜਾਤੇ ਹੈ। ਬਾਤ ਤੋ ਆਪਕੀ ਸਹੀ ਹੈ, ਇੱਕ ਤੋ ਬੱਚੋਂ ਕੇ ਪੇਰੈਂਟਸ ਕੋ ਦੇਖੋ ਹੈ ਨਾ, ਉੱਤੋਂ ਤਾਂ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਪੇਰੈਂਟਸ ਤਾਂ ਬੱਚਿਆਂ ਦੇ ਦੇਖੋ ਦੇਖੋ ਉੱਪਰੋਂ ਸਾਡੇ ਰਿਸ਼ਤੇਦਾਰ ਵੇਖਣ, ਮੈਨੂੰ ਤਾਂ ਸਾਡੀ ਡਿਊਟੀ ਇੰਨੀ ਔਖੀ ਲੱਗਦੀ ਹੈ ਨਾ, ਜੇ ਹੁਣ ਘਰੇ ਨਾ ਜਾਓ ਤਾਂ ਰਿਸ਼ਤੇਦਾਰ ਮੂੰਹ ਬਣਾ ਲੈਂਦੇ ਨੇ, ਛੁੱਟੀਆਂ 'ਚ ਆਪ ਆ ਜਾਂਦੇ ਆ ਰਹਿਣ ਵਾਸਤੇ ਹੈ ਨਾ, ਫਿਰ ਕਹਿਣਗੇ ਤੁਸੀਂ ਛੁੱਟੀ ਨਹੀਂ ਲੈਂਦੇ ਵੀ ਤੁਹਾਨੂੰ ਤਾਂ ਛੁੱਟੀਆਂ ਹੈ ਹੁਣ ਸਾਨੂੰ ਤੁਹਾਡੇ ਛੁੱਟੀਆਂ ਹੈਗੀਆਂ ਹੀ ਆ। ਸਹੀ ਬਾਤ ਹੈ, ਮੈਨੂੰ ਤਾਂ ਸਮਝ ਹੀ ਨਹੀਂ ਆਤਾ ਹਮ ਕਹਾਂ ਫਸ ਗਏ ਹੈਂ, ਔਰ ਉੱਪਰ ਸੇ ਜੇ ਮੈਂ ਆਪਣੀ ਕਲਾਸਿਸ ਕੇ ਬਾਰੇ ਮੈਂ ਸੋਚਤੀ ਹੂੰ ਵੋ ਦੋਨੋਂ ਬੱਚੇ ਮੇਰੇ ਦਿਮਾਗ ਮੇਂ ਆਤੇ ਹੈਂ, ਹੈਪੀ ਔਰ ਗੁੱਡੀ। ਹੈਪੀ ਤੋ ਫਿਰ ਠੀਕ ਹੈ ਬਾਤ ਸੁਣ ਲੇਤਾ ਹੈ, ਲੇਕਿਨ ਗੁੱਡੀ ਤੋਬਾ ਤੋਬਾ ਤੋਬਾ, ਮਿੰਟਾਂ ਦੇ ਵਿੱਚ ਬਦਲੋ ਦੇਣੇ ਜਿਹੜੇ ਅੱਜ ਬਵੰਡਰ ਨੇ, ਆਪਣੇ ਹਿੱਸੇ ਦੀ ਦੁਨੀਆ ਦੇ ਯਾਰ ਸਿਕੰਦਰ ਨੇ, ਬੱਚੇ ਮਨ ਕੇ ਸੱਚੇ। ਮੈਡਮ ਸਤਿ ਸ਼੍ਰੀ ਅਕਾਲ ਜੀ, ਮੈਡਮ ਸਤਿ ਸ਼੍ਰੀ ਅਕਾਲ, ਵੀਰੇ ਇੱਥੇ ਬਹਿ ਜਾ। ਹਾਂਜੀ ਹਾਂਜੀ ਬਹਿ ਜਾ। ਸਤਿ ਸ਼੍ਰੀ ਅਕਾਲ ਤਾਂ ਠੀਕ ਹੈ, ਪਰ ਤੁਸੀਂ ਦੋਨੋਂ ਇੱਥੇ ਕੀ ਕਰ ਰਹੇ ਹੋ? ਮੈਡਮ ਜੀ ਹਨਾ ਅਸੀਂ ਘਰਦਿਆਂ ਨਾਲ ਸੀਗੇ ਪਹਿਲਾਂ ਨਾ, ਸਾਡੇ ਘਰ ਦੇ ਕਹਿੰਦੇ ਆਪਾਂ ਨਾ ਘੁੰਮਣ ਜਾਵਾਂਗੇ, ਛੁੱਟੀਆਂ ਹੋ ਗਈਆਂ ਹਨਾ, ਮੇਰੇ ਵੀਰੇ ਨੇ ਵੀ, ਅਸੀਂ ਤਾਂ ਹਨਾ ਕੱਪੜੇ ਵੀ ਨਵੇਂ ਲੈ ਲਿਆ, ਦੇਖ ਲਓ ਹਿੰਦੁਸਤਾਨ ਜਿੰਦਾਬਾਦ ਵਾਲੀ ਹਨਾ ਸੱਟ ਪਾਈ ਮੇਰੇ ਵੀਰੇ ਨੇ ਹਨਾ, ਮੇਰੇ ਘਰ ਦੇ ਕਹਿੰਦੇ ਵੀ ਤੁਸੀਂ ਨਾ ਦੀਦੀ ਹੋਣੀ ਮੇਰੇ ਘਰ ਦੇ ਕਹਿੰਦੇ ਹਨਾ ਤੁਸੀਂ ਨਾ ਸੈਰ ਕਰਿਓ ਹਨਾ, ਜਾਂਦੇ ਜਾਂਦੇ ਸਕੂਲੇ ਵਿੱਚ ਦੀ ਗੇੜ ਕੱਢ ਜਾਓ, ਫਿਰ ਅਸੀਂ ਤੈਨੂੰ ਇੱਧਰ ਹੀ ਆ ਗਏ ਹਨ। ਉਹ ਅਸੀਂ ਆਈਸਕ੍ਰੀਮ ਖਾਣੀ ਸੀ ਨਾ ਸਕੂਲ, ਕੋਣ ਆਂਦਾ ਘੁੰਮਣ? ਛੁੱਟੀਆਂ ਹੋ ਰਹੀਆਂ ਮੈਡਮ ਜੀ ਨਾ ਸਕੂਲ, ਨਾ ਅਸੀਂ ਸਕੂਲ ਨਹੀਂ ਆਏ, ਰਸਤੇ ਦੇ ਵਿੱਚ ਤੁਹਾਡਾ ਸਕੂਲ ਬਣਾਇਆ ਹੋਇਆ ਗਾ, ਜੇ ਹੁਣ ਰਸਤੇ 'ਚ ਸਕੂਲ ਆ ਗਿਆ ਅਸੀਂ ਆ ਗਏ, ਇਹਦਾ ਮਤਲਬ ਕੀ ਬਣੇ? ਕਭੀ ਕਭੀ ਹਮ ਸਟੈਪੂ ਮੇ ਏਕ ਹਿੱਸਾ ਟਾਪ ਕੇ ਆਗੇ ਬੜ ਜਾਤੇ ਹੈ ਨਾ, ਤੋ ਸਕੂਲ ਕੋ ਵੀ ਉਸ ਟਾਪੂ ਕਾ ਹਿੱਸਾ ਸਮਝ ਕੇ ਟਾਪ ਜਾਣਾ ਥਾ, ਤੋ ਹੁਣ ਟਾਪਣਾ ਨਹੀਂ ਹੋ ਤੋ ਟੱਪਣਾ ਹੁੰਦਾ ਹੈ। ਉਹ ਹਿੰਦੀ ਕੀ ਟੀਚਰ ਹੈ? ਹਿੰਦੀ ਕੀ ਟੀਚਰ ਹੂੰ ਨਾ ਤੇ ਮੈਡਮ, ਹਿੰਦੀ ਵੀ ਬੋਲੀ ਹੈ ਨਾ ਕਿ ਪੰਜਾਬੀ ਔਰ ਹਿੰਦੀ ਮਿਕਸ ਕਿਉਂ ਕਰਦੇ ਹੋ ਆਪ? ਇੱਕ ਤਾਂ ਤੁਹਾਡੀ ਸਹੂਲਤ ਕੇ ਲਈ ਬੋਲੋ ਔਰ ਹੈਪੀ ਤੁਮ ਜ਼ਿਆਦਾ ਬੋਲੋ ਮਤ। ਇਹਨਾਂ ਦਾ ਰਹਿ ਕੇ ਨਾ ਇਹ ਵੀ ਇਹੋ ਜਿਹਾ ਹੋ ਗਿਆ ਯਾਰ ਵੀਰੇ, ਹੈ ਨਾ ਤੂੰ ਇਹਨਾਂ ਨੂੰ ਕੁਛ ਨਾ ਕਹਿ, ਹੈ ਨਾ ਮੈਂ ਆਪੇ ਹਨਾ ਹਿਸਾਬ ਕਿਤਾਬ ਕਰ ਲੈਂਦੀ। ਇੱਕ ਗੱਲ ਦੱਸ ਗੁੱਡੀ, ਤੂੰ ਘਰੇ ਦੀ ਛੁੱਟੀਆਂ ਦੇ ਵਿੱਚ ਵੀ ਸਕੂਲ ਦੀ ਡਰੈਸ ਪਾ ਕੇ ਕੀ ਘੁੰਮਦੀ ਵੀ? ਮੈਡਮ ਜੀ ਹਨਾ ਘਰ ਦੇ ਕਹਿੰਦੇ ਵੀ ਧੋਣਾਗਾ ਤੇ ਹਨਾ ਨਹਾਉਣਾ ਵੀ ਆ, ਫਿਰ ਮੈਂ ਕਿਹਾ ਹਨਾ ਸਾਰਾ ਸਾਬਣ ਕਾਤੋਂ ਖਰਾਬ ਕਰਨਾ ਹਨਾ, ਨਾਲੇ ਤਾਂ ਮੇਰੀ ਵਰਦੀ ਧੋਤੀ ਜਾਊਗੀ ਨਾਲੇ ਮੇਰੇ ਵਾਲ ਧੋਤੇ ਜਾਊਗੀ। ਹਾਂਜੀ ਕਿਤੇ ਦਿਨ ਸੇ ਨਹੀਂ ਆਈ ਹੋ? ਮੈਡਮ ਜੀ ਹਨਾ ਰਤ ਨਹੀਂ ਨਹਾਉਣਾ ਚਾਹੀਦਾ ਬੰਦੇ ਦਾ, ਭਾਰ ਘਟ ਜਾਂਦਾ, ਜਿੰਨੀ ਮੈਲ ਹੁੰਦੀ ਸਾਰੀ ਲੈ ਜਾਂਦੀ ਹਨਾ ਵੀਰੇ। ਦੀਦੀ ਤੇਰੇ ਮੈਂ ਬਣਾਉਂਦੇ ਨਹੀਂ ਹੁੰਦੇ? और तुम्हारे माँ बाप हमें बोलते हैं कि हमारे बच्चे पढ़ते नहीं है, ये नहीं करते, इनका बच्चा तो नहाता भी नहीं है। और मैडम जी सानू कहेंगे मैनर्स नहीं सिखाए इन्होंने, हुन नहाना तो ना भी असीं उन्होंने असीं सिखाइए। दस मैडम जी जे है ना असीं तैयार व्यार होके आ गए तो तुम सब लगदा केड़े तैयार व्यार होके, किन्ने दिनों तो तू नहाती नहीं, और जो ये जिस तरह तुम रोज करेले करके से बाल बांध के आ जाती ना, सिर्फ ये करने से बंदा साफ सुथरा नहीं होता। मैडम जी ਤੁਸੀਂ ਵੀ ਤਾਂ ਐਵੇਂ ਕਲ ਆਈਆਂ ਉੱਪਰ ਐਦਾਂ ਲਾਉਣ ਦੇ ਨਾਲ ਕਿਤੇ ਟੀਚਰ ਬਣ ਜਾਂਦੇ ਆ ਹਨਾ ਹਨਾ, ਸਾਰੇ ਪੇਪਰ ਹਮ ਹੀ ਚੈੱਕ ਕਰਤੇ ਹੈ ਹੈਪੀ ਵੀਰੇ ਹਨਾ, ਇਹ ਹਨਾ ਜਾਣ ਕੇ ਬਣਦੀਆਂ ਫੋਕਰੀਆਂ ਹਨਾ ਸਾਰਾ ਕੁਝ ਪਤਾ ਮੈਨੂੰ, ਇੱਕ ਇੱਕ ਗੱਲ। ਗੁੱਡੀ ਬਦਤਮੀਜ਼ ਬਹੁਤ ਹੋ ਗਈ ਹੋ, ਇਹ ਕੌਣ ਬੋਲਤਾ ਹੈ? ਮੈਡਮ ਜੀ ਸਰ ਵਾਲੀ ਗੱਲ, ਮੈਡਮ ਜੀ ਹਨਾ ਤੁਸੀਂ ਹਿੰਦੀ ਵਾਲੇ ਮੈਡਮ, ਜੇ ਤੁਹਾਨੂੰ ਸਾਡੇ ਨਾਲ ਕੋਈ ਪ੍ਰੋਬਲਮ ਆ ਤੁਸੀਂ ਸਾਨੂੰ ਸਿੱਧਾ ਦੱਸ ਸਕਦੇ ਹੋ ਹਨਾ, ਬਾਰ ਬਾਰ ਬੇਇੱਜ਼ਤੀ ਕਰਕੇ ਸਾਡੀ ਬੇਇੱਜ਼ਤੀ ਤਾਂ ਕਰਦੇ ਹੋ। ਤੁਸੀਂ ਸਿੱਧਾ ਬਤਾ ਦੇ ਤੋ ਵੀ ਤੁਹਾਡੇ ਮਾਥੇ ਮੇ ਕਹਾਂ ਜਾਤੀ ਹੈ ਬਾਤ? ਮੈਡਮ ਜੀ ਮੱਥੇ ਤੇ ਨਹੀਂ ਜਾਂਦੀ ਹੁੰਦੀ, ਇਹਨਾਂ ਮੱਥੇ ਦੀਆਂ ਲਕੀਰਾਂ ਵਿੱਚ ਤੇਰਾ ਨਾਮ ਹੀ ਲਿਖਿਆ। ਮਰੀ ਵੀ ਮੱਥੇ ਕਿਨੇ ਤੂੰ ਗਾਣੇ ਗਾਉਣੀ ਹੈ ਨਾ, ਇਹਨਾਂ ਜੇ ਤੂੰ ਪੜ੍ਹਾਈ ਤੇ ਧਿਆਨ ਦੇਵੇ ਤਾਂ ਤੇਰਾ ਕੁਝ ਬਣ ਜਾਵੇ। ਮੈਡਮ ਜੀ ਹਨਾ ਤੁਸੀਂ ਆਪ ਹੀ ਕਿਹਾ ਸੀ ਨਾ ਵੀ ਬਾਰ ਸਭਾ ਦੇ ਵਿੱਚ ਗੁੱਡੀ ਖੜੇ ਹੋ ਕੇ ਸਾਰੇ ਗੀਤ ਗਾਉਣੇ ਆ ਹਨਾ, ਫਿਰ ਮੈਂ ਨਾ ਖੜੀ ਹੋ ਗਈ ਸੀ ਤੇ ਮੈਂ ਗੀਤ ਗਾਇਆ ਸੀਗਾ ਵੀਰੇ। ਕਿਹੜਾ ਗੀਤ ਸੀਗਾ? ਨਹੀਂ ਉਹ ਨਹੀਂ ਵੀਰੇ ਹੋ ਸਕਦੇ, ਜ਼ਿੰਦਗੀ ਚ ਜਮਾ ਹੀ ਜ਼ਿੰਦਗੀ ਬਰਬਾਦ ਕੀਤੀ। ਜੇ ਜੇ ਤੇਰੇ ਹਾਲ ਆ ਵੈਸੇ ਵੀ ਤੂੰ ਨਹੀਂ ਹੋ ਸਕਦੀ, ਮੈਨੂੰ ਤਾਂ ਸਮਝ ਨਹੀਂ ਆਉਂਦਾ ਤੂੰ ਵੱਡੀ ਹੋ ਕੇ ਕੀ ਕਰੇਂਗੀ। ਹਾਂਜੀ ਕੁਛ ਨਹੀਂ ਕਰਨਾ ਇਸਨੇ ਮੈਡਮ, ਕੁਛ ਨਹੀਂ ਕਰਨਾ, ਬਸ ਬਕਵਾਸ ਕਰਨੀ ਹੈ। ਮੈਡਮ ਜੀ ਦੇਖੋ ਤੁਸੀਂ ਕਹਿੰਦੇ ਹੋ ਕੁਛ ਨਹੀਂ ਕਰਨਾ, ਜੇ ਅਸੀਂ ਕੁਛ ਨਾ ਕੀਤਾ ਹਨਾ ਸਾਡੇ ਦੇਸ਼ ਦਾ ਭਲਾ ਕਿੱਦਾਂ ਹੋਊਗਾ? ਅਸੀਂ ਤਾਂ ਦੇਸ਼ ਦੇ ਸੱਚੇ ਨਾਗਰਿਕ ਕਿੱਦਾਂ ਬਣਾਂਗੇ ਹਨਾ ਵੀਰ ਜੀ? ਸੱਚੇ ਨਾਗਰਿਕ ਤੇ ਤੁਸੀਂ ਦੋਨੋਂ। ਗੁੱਡੀ ਪਹਿਲੇ ਅੰਡੇ ਕੇ ਛਿਲਕੇ ਸੇ ਬਾਹਰ ਤੋਂ ਆ ਜਾਓ। ਮੈਡਮ ਅੰਡੇ ਕਿਵੇਂ ਬਚ ਗਏ ਆਤੇ ਹਾਂ? ਓ ਮਾਈ ਗੋਡ, ਤੁਸੀਂ ਹੁਣ ਦੋਨੋਂ ਇੱਥੋਂ ਜਾਣ ਦਾ ਕੀ ਲਾਉਂਗੇ? ਪਾਨੀ ਦੀ ਹੱਟੀ ਤੋਂ ਮਿਲਦੇ ਹਨ ਕੀ? ਪਾਨੀ ਦੀ ਹੱਟੀ? ਹਾਂਜੀ ਹਾਂਜੀ ਵੀਰੇ ਉੱਥੋਂ ਟ੍ਰੇ ਮਿਲਦੀ ਆ ਹਨਾ। ਹਾਂਜੀ ਹਾਂਜੀ ਪੂਰੇ 15 ਤੁਸੀਂ ਜਾਓ
अंडे लेके जाओ आमलेट खाओ प्लीज साडा खेड़ा चल जा मम्मी की करिए मैं तो भेज जा नहीं बीरे हाय रब्बा ना मैं 1 मिनट गल तो सुन लो मैडम जान निकल गई मैडम मेरा कहना मतलब ये सीगा ना अंडे आ तो नु याद आ गया अंडे साडे घर दे पता की कहंदे असि क्या जी असि स्कूले जाने ਕਹਿੰਦੇ ਉੱਥੇ ਕੀ ਕਰਨ ਜਾਣਾਗਾ ਮੈਂ ਕਿਹਾ ਸਾਡੇ ਟੀਚਰ ਆਇਆ ਕਹਿੰਦੇ ਟੀਚਰ ਤੁਹਾਡੇ ਅੰਡੇ ਦਿੰਦੇ ਹਾਂ ਤੇ ਤਾਈਓ ਤਾਂ ਮੇਰੀ ਦੀਦੀ ਕਰੇ ਲੱਗਿਆ ਪਤਾ ਲੱਗਿਆ ਇਹ ਇੰਨੇ ਦੋਨੋਂ ਵਿਗੜੇ ਕਿਉਂ ਹੋਏ ਨੇ ਘਰੇ ਤੇ ਇਹਨਾਂ ਨੂੰ ਇਹ ਕੁਝ ਸਿਖਾਉਂਦੇ ਆ ਫਿਰ ਸਾਨੂੰ ਕਹਿਣਗੇ ਕਿ ਤੁਸੀਂ ਬੱਚਿਆਂ ਨੂੰ ਕੁਝ ਸਿਖਾਇਆ ਨਹੀਂ ਹੈਗਾ ਇੱਕ ਕੰਮ ਕਰਦੇ ਮੈਡਮ ਅਬ ਇਹ ਲੋਕ ਸਕੂਲ ਆ ਗਏ ਹੈ ਤੋ ਸੋਚ ਰਹੀ ਹਾਂ ਦੋਨੋਂ ਦਾ ਟੈਸਟ ਹੀ ਲੈ ਲੈਂਦੇ ਹਾਂ ਨਾ ਤਾਂ ਕਿ ਅੱਗੇ ਤੋਂ ਇਹ ਸਕੂਲ ਆਉਣ ਦੇ ਬਾਰੇ ਸੋਚਣ ਮੈਡਮ ਹਾਂ ਜੇ ਸਰਕਾਰ ਨੇ ਤੁਹਾਨੂੰ ਛੁੱਟੀਆਂ ਕਰਤੀਆਂ ਸਾਨੂੰ ਕਾਦੀਆਂ ਛੁੱਟੀਆਂ ਤੁਹਾਨੂੰ ਛੁੱਟੀਆਂ ਕੀਤੀਆਂ ਆ ਅਸੀਂ ਤਾਂ ਹੁਣ ਵੀ ਡਿਊਟੀ ਦੇ ਰਹੇ ਆ ਹਣਾ ਜੇ ਤੁਹਾਨੂੰ ਛੁੱਟੀਆਂ ਕਰਤੀਆਂ ਤੁਸੀਂ ਹਲੇ ਵੀ ਖੂਨ ਪੀ ਜਾਊਗਾ ਸਾਡਾ ਵੀ ਹੁਣ ਹਾਂ ਇੱਥੇ ਵੀ ਮਿਲ ਗਿਆ ਟੈਸਟ ਉੱਥੇ ਵੀ ਮਿਲ ਗਿਆ ਟੈਸਟ ਗੁੱਡੀਆ ਤੋ ਯਹਾਂ ਸੇ ਚਲੇ ਜਾਓ ਜਾਂ ਫਿਰ ਬੈਠ ਕੇ ਟੈਸਟ ਚਲੋ ਮੈਡਮ ਜੀ ਅਸੀਂ ਹੁਣ ਸਾਡੇ ਘਰਦਿਆਂ ਨੂੰ ਕਿਹਾ ਵੀ ਮੈਦਾਨ ਦੇ ਵਿੱਚੋਂ ਭੱਜਣਾ ਨਹੀਂਗਾ ਅੜ ਕੇ ਖੜ ਜਾਓ ਸਾਰਿਆਂ ਨੂੰ ਖਰਾਬ ਕੇ ਨਿਕਲੋ ਹਣਾ ਵੀਰੇ ਸੱਚੀ ਗੱਲ ਕਹੀ ਆ ਨਾ ਹਾਂਜੀ 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 ਯੈਸ ਚਲੋ ਠੀਕ ਹੈ ਹਾਂਜੀ ਚੱਲ ਫਿਰ ਗੁੱਡੀ ਐਂ ਦੱਸ ਲਾਲ ਕਿਲਾ ਕਿੱਥੇ ਆ ਹਾਂਜੀ ਮੈਡਮ ਆ ਲਾਲ ਕਿਲਾ ਕਿਲੇ ਸ਼ਦੀ ਦੇ ਕਿਲੇ ਚ ਲਾਲ ਕਿਲਾ ਹੈਪੀ ਚੁੱਪ ਹੋ ਜਾ ਕਿੱਥੇ ਕਿਲੇ ਚ ਕਿਲੇ ਅੱਛਾ ਹਾਂ ਹੁਣ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਸੀ ਲਾਤਾ ਨਹੀਂ ਹਾਂਜੀ ਹਾਂਜੀ ਦਿੱਲੀ ਦੇ ਲਾਲ ਕਿਲਾ ਹਾਂਜੀ ਮੈਡਮ ਉੱਥੇ ਕੀ ਉੱਥੇ ਦਿੱਲੀ ਦੇ ਵਿੱਚ ਲਾਲ ਕਿਲਾ ਹਾਂਜੀ ਅੱਛਾ ਹਾਂਜੀ क्यों राती है ना तुम तो बड़े अच्छे बच्चे हो तो एक काम करो मुझे 51 से 50 का ना होता ना 1 से 50 ना 50 से एक बैक काउंटिंग सुना दे वीरा सिद्धि सुना दे आप पे पुट्टियां हो जाती है सारा कुछ हां अनिल ने मैं जोड़ते जा रहा है क्या बात है बेटा जब जा देखिए मेरा वीरा इतनी बोल दी ना ना सारा बहुत इंटेलिजेंट वीरा रिवाइंड करने को नहीं कह रहा मैं एक गल कहूं ਤੂੰ ਤਾਂ ਇੰਨਾ ਸਿਆਣਾ ਬੱਚਾ ਹੈ ਤੂੰ ਇਹਦੇ ਮਗਰ ਲੱਗ ਕੇ ਕਿੱਥੇ ਸ਼ਰਾਰਤੀ ਬਣ ਗਿਆ ਮੈਡਮ ਜੀ ਉਹ ਕਹਿੰਦੇ ਹੁੰਦੇ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਤਾਂ ਫਿਰ ਇਹਨੂੰ ਵੇਖ ਕੇ ਤੈਨੂੰ ਸੁਧਰਨਾ ਚਾਹੀਦਾ ਸੀਗਾ ਗੁੱਡੀ ਉਲਟਾ ਤੂੰ ਉਹਨੂੰ ਵੀ ਵਿਗਾੜ ਦਿੱਤਾ ਮੈਡਮ ਜੀ ਦੇਖੋ ਅਸੀਂ ਜਿਹੜੇ ਕੰਮ 'ਚ ਲੱਗ ਜੀ ਹੈ ਨਾ ਅਸੀਂ ਪੂਰਾ ਕਰਕੇ ਛੱਡਦੇ ਹਾਂ ਅਸੀਂ ਤਾਂ ਕਹਿੰਦੇ ਆ ਵੀ ਲੋਕ ਸਾਡਾ ਪ੍ਰਭਾਵ ਲੈ ਲੈਣ ਤੁਹਾਡੇ ਘਰ ਵਾਲੇ ਕੋ ਕਦੇ ਤੁਮ ਇਰੀਟੇਟਿੰਗ ਨਹੀਂ ਲੱਗਦੀ ਹੋ ਨਹੀਂ ਮੈਡਮ ਜੀ ਅਸੀਂ ਬਹੁਤ ਅੱਛੇ ਬੱਚੇ ਆ ਉਹਨਾਂ ਦੇ ਸੱਚੇ ਬੱਚੇ ਅੱਛੇ ਬੱਚੇ ਉਨਕੇ ਮਨ ਫਿਰ ਤੁਸੀਂ ਇੱਥੇ ਆ ਕੇ ਸਾਡਾ ਹੀ ਦਿਮਾਗ ਕਿਉਂ ਖਾਂਦੇ ਹੋ ਮੈਡਮ ਜੀ ਕਿਉਂਕਿ ਇਹਨਾਂ ਕੋ ਦਿਮਾਗ ਜ਼ਿਆਦਾ ਹੈ ਕਿ ਖਾਲੀ ਵੀ ਤਾਂ ਕਰਨੀ ਹਾਂ ਹਣਾ ਮੈਡਮ ਜੀ ਇੱਕ ਗੱਲ ਦੱਸਾਂ ਨਾ ਅਸੀਂ ਪ੍ਰਾਰਥਨਾ ਜਿ ਸਵੇਰੇ ਕਰਨੀ ਹੁੰਦੀ ਹੈ ਇਤਨੀ ਸ਼ਕਤੀ ਹਮੇ ਤੁਹਾਡੀ ਆਵਾਜ਼ ਸੁਣਨੇ ਸੱਚਾ ਨਾ ਮੈਂ ਹੈਪੀ ਕੀ ਆਵਾਜ਼ ਸੁਣ ਹੈਪੀ ਕੀ ਸੁਣਾ ਦੇ ਸੁਣਾ ਚਲੋ ਪੜ੍ਹਾਈ ਲਿਖਾਈ ਛੋੜੋ ਉਹ ਤੁਮ ਦੋਨੋ ਕੀ ਬਸ ਕੀ ਨਹੀਂ ਮੈਂ ਦੇਖ ਲਿਆ ਉਸ ਨੇ ਤੁਮ ਦੋਨੋ ਕਾ ਭੱਟਾ ਗੋਲ ਹੈ ਉਹ ਕੀ ਹੁੰਦਾ ਹੈ ਭੱਟਾ ਗੋਲ ਹੁੰਦਾ ਹੈ ਮੈਡਮ ਭੱਟਾ ਗੋਲ ਥੋੜੀ ਨਾ ਹਮਾਰੇ ਆ ਗੋਲ ਹੁੰਦਾ ਹੈ ਹਾਂ ਚਲੋ ਮੈਡਮ अगली बारी ना अपनी मम्मी नूं नाल लेके आई हां जी मैडम जी मम्मी तो की असि डैडी नूं भी नाल लावांगे हुण आ साडा होमवर्क आ ते मेरे वीरे दी कापी भी चेक कर लो बड़ी जल्दी उका काम रखण लई लेके आ जी हां जी बिल्कुल बंदे दा भी काम हां भाई इतनी गंदी राइटिंग समझ भी नहीं आ रही गुड्डी कि तू लिखिया की आ ये के मैडम जी हां मैं पंजाबी है तन समझ नहीं आंदी पंजाबी दे विच हीरा मंडी की कर रही है मैडम जी नहीं नहीं ਉਹ ਮੰਡੀ ਵਾਲੀ ਗੱਲ ਦੀ ਵੀ ਮੰਡੀ ਵਾਲੀ ਗੱਲ ਮੈਡਮ ਜੀ ਅਸੀਂ ਖੀਰਾ ਮੰਡੀ ਗਏ ਸੀਗਾ ਸਲਾਦ ਲੈਣ ਹਣਾ ਵੀਰੇ ਨੇ ਹਿਸਾਬ ਕੀਤਾ ਨਾ ਹਾਂ ਹਾਂ ਗੁੱਡੀ ਤੂੰ ਇੰਨੀ ਗੰਦੀ ਰਾਈਟਿੰਗ ਕੀਤੀ ਸਮਝ ਹੀ ਨਹੀਂ ਆ ਰਹੀ ਅਰੇ ਯਾਰ ਯਹਾਂ ਦੇਖੋ ਨਾ ਖੀਰਾ ਮੰਡੀ ਬਿੱਬੋ ਜੇਬਾ ਆਦੇ ਬੋਲੀ ਗਲਤ ਹੈ ਨਹੀਂ ਨਹੀਂ ਵਾਲੀ ਮੰਡੀ ਵਾਲੀ ਗੱਲ ਤੋਂ ਆਪਾਂ ਮੰਡੀ ਚ ਸਮਾਨ ਲੈਣ ਗਏ ਹਾਂਜੀ ਹਾਂਜੀ ਆਪਾਂ ਦੋਵੇਂ ਗਏ ਸੀ ਮੈਡਮ ਜੀ ਤਾਂ ਹਿਸਾਬ ਕੀਤਾ ਹੋਇਆ ਸੀ ਹਣਾ ਤੁਸੀਂ ਨਾ ਜ਼ਿਆਦਾ ਪਰਸਨਲ ਨਾ ਹਣਾ ਗੱਲਾਂ ਕਰੀਓ ਵਿੱਚੋਂ ਹਾਂਜੀ ਹਣਾ ਮੈਡਮ ਤੁਸੀਂ ਕੀ ਕਹਿੰਦੇ ਸੀਗੇ ਸਾਡੀ ਰਾਈਟਿੰਗ ਗੰਦੀ ਬਹੁਤ ਗੰਦੀ ਮੈਨੂੰ ਤਾਂ ਸਮਝ ਨਹੀਂ ਆਈ ਮੈਡਮ ਜੀ ਇਹ ਵਧੀਆ ਰਾਈਟਿੰਗ ਨਹੀਂ ਮਿਲ ਸਕਦੀ ਜਿੱਥੇ ਮਰਜ਼ੀ ਡਾਕਟਰ ਦੀ ਹੈਂਡਰਾਈਟਿੰਗ ਵੀ ਇਸ ਤੇ ਅੱਛੀ ਹੁੰਦੀ ਹੈ ਮੈਡਮ ਜੀ ਫਿਰ ਵੱਡੇ ਹੋ ਕੇ ਡਾਕਟਰ ਹੀ ਬਣਨਾ ਮੇਰੇ ਵੀਰੇ ਨੇ ਫਿਰ ਲੱਗਦਾ ਨਹੀਂ ਹਾਂਜੀ ਹੈਪੀ ਪੁੱਤਰ क्या हो गया है आपको क्यों इसके साथ घूमता रहता है तू यार मैडम आप लेना कमा लो फिर मैं देख अच्छा लो तुझे आजकल के बच्चे वीरे है ना एक मिनट अरे कौसम आ गया जानते जानते पंगा ले लेंगे अपन हां जी मैडम की कह रही है हां मैं क्या जी है ना असि जानते जानते मैडम नु सारा काम अच्छा गुड्डी हां जी इसे तो दिमाग चाटती लगी इससे कुछ इसके मतलब का कराते हैं मेरी कॉपी तो लो गुड्डी मेरे दोबारा करके लेके आओ जैसे कि तुम बड़ी टैलेंटेड हो बहुत अच्छा तुम काम करते हो सब कुछ बहुत बढ़िया है ना तो कुछ ऐसा करके दिखा दो जो तुम्हारा टैलेंट है हां जी कि मेरा टैलेंट
मैडम जी मैं सिंगिंग भी कर लैनी हाँ ना, तो मैं ना डांस भी कर लैनी हाँ, और मैं डिफेंस के बच्चे भी हाँ ना, और मैं और जी मोटे वाले मैडम उन्होंने नागी डांस भी तो हाँ जी मैडम हाँ जी मैम जी मैं नागन डांस करते होंगे मैं वह भी कर लैनी हाँ जी नहीं तो कोई गाने सुना दे तो फेयरवेल तो मैडम किया नागिन डांस हाँ जी मैडम जी है ना सच थोनू गल दसा मैं है ना फिर मैं नवे गीत सुना दिनी उपर दी लंघन नी तो फराई करके उचिया ने गल्ला तेरे यार दिया उपरों दी लंघन तो फराई करके नी तो तेरे तेरी गल्ला उचिया तेरे यार दिया हां जी यस उल्टी नी करनी है दवाई वधिया लै लो दूसरी गल होर भी दस सकदा हां तुसीं पेपर चेक करदे सी ना कर रहे हैं तुसी दो घंटे तक साडा जेड़ा दिमाग खा रहे सी पेपर की नहीं मैडम मैडम वो हिंदी वाले मैडम कहंदे सी कि वो फस गए सी कि ते तुसी कह रहे सी ना मैडम पता नहीं गल सुन वीरे वो सीगा हो ना मैडम दे पता मन च की है फस गई मैं मित्रा हुन जावां केड़े पासे मैडम ने फसने से नहीं तो मैं दिमाग हां जी मैडम जी कद कद ना जे साडे गुस्सा चढ़ जाए ना सानू दिमाग भी बंदे दा खा लेने हां तुसी ना भी तुहानू गुस्सा चढ़े तां भी खा लेने हां नहीं मैडम जी असीं बहुत ऐसे बच्चे हां ना सानू कोई कसूर नहीं साडा तुम्हारे लिए बोल दिया कि निका बच्चा है आपका हमारी स्कूल में डाल दीजिए मैं तो पता होंदा ना मैं तो आप ही कहना सी ये बच्चा साडे स्कूल ना भेजियो हां ना नाले मैडम जी है ना एक और गल दसा तुसी ना टीचर हो ना टीचरਾਂ ਦਾ ਕੀ ਮਤਲਬ ਹੈ ਟੀਚਰ ਹੀ ਆ ਉਹ ਪਰ ਸਾਡੇ ਨਾਲ ਟੀਚਰਾਂ ਨਾ ਨਾ ਕਰੋ ਜੀ ਤੁਸੀਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਹੈ ਨਾ ਕੋਈ ਸਵਾਲ ਪੁੱਛਣਾ ਸਾਨੂੰ ਪੁੱਛ ਸਕਦੇ ਹੋ ਕਿਉਂਕਿ ਦੇਖੋ ਅਸੀਂ ਘਰਦਿਆਂ ਨੇ ਕਿਹਾ ਵੀ 2 ਘੰਟੇ ਆਪਣੇ ਵਧੀਆ ਖੇਡੋ ਜੋ ਮਰਜ਼ੀ ਕਰੋ ਮੈਨੂੰ ਤੁਸੀਂ ਘਰੇ ਇਹ ਨਹੀਂ ਕਿਹਾ ਕਿ ਤੁਹਾਨੂੰ 1 ਮਹੀਨੇ ਦੀਆਂ ਛੁੱਟੀਆਂ ਹੀ ਆ ਹਾਂਜੀ ਫਿਰ ਕਿਹਾ ਸੀ ਨਾ ਘਰਦੇ ਕਹਿੰਦੇ ਅਸੀਂ ਸਮਾਨ ਪੈਕ ਕਰਨਾ ਤੁਸੀਂ ਜਾਓ ਮਤਲਬ ਤੁਸੀਂ ਕਿਤੇ ਸੈਰ ਕਰਨ ਜਾਓ ਕਿਤੇ ਪਾਰਕ 'ਚ ਜਾਓ ਕਿਤੇ ਖੇਡਣ ਜਾਓ ਮੈਂ ਨਹੀਂ ਕਿਹਾ ਸੀਗਾ ਕਿ ਅਸੀਂ ਤੁਹਾਡੇ ਕੋਲ ਖੇਡਣ ਹੀ ਆਏ ਹਾਂ ਮੈਡਮ ਜੀ ਅਸੀਂ ਗਰਾਊਂਡ 'ਚ ਖੇਡਣ ਆਏ ਸੀਗੇ ਜੀ ਫਿਰ ਅਸੀਂ ਇੱਧਰ ਆ ਗਏ ਮੈਡਮ ਨੂੰ ਦੇਖ ਤੁਸੀਂ ਪਲੀਜ਼ ਗਰਾਊਂਡ 'ਚ ਖੇਡਣ ਜਾਓ ਮੈਨੂੰ ਦੋਨੋਂ ਮੇਰੇ ਨਾਲ ਬਿਲਕੁਲ ਜ਼ਰਾ ਵੀ એનર્ਜੀ ਨਹੀਂ ਹੈ ਕਿ ਹਮ ਤੁਮ ਦੋਨੋਂ ਕੋ ਯਹਾਂ ਪੇ ਬੈਠ ਕੇ ਸੁਨੇ ਮੈਡਮ ਤੁਸੀਂ ਦਫਾ ਹੋ ਜਾਓ ਯਹਾਂ ਸੇ ਸਪੋਰਟਸ ਦੇ ਵਿੱਚ ਖੇਡਣ 'ਚ ਪਾਰਟਿਸਪੇਟ ਨਹੀਂ ਕੀਤਾ ਕਦੇ ਮੈਂ ਤੇ ਦੀਦੀ ਤਾਂ ਬਹੁਤ ਕਰਦੀ ਮੈਡਮ ਫਿਰ ਜਾਓ ਨਾ ਤੁਸੀਂ ਖੇਡੋ ਮੈਡਮ ਜੀ ਇੱਕ ਗੱਲ ਦੱਸਾਂ ਨਾ ਤੁਸੀਂ ਸਾਰੇ ਸਵਾਲ ਸਾਨੂੰ ਪੁੱਛ ਲਏ ਹੋ ਨਾ ਤੁਸੀਂ ਸਰੀਰਕ ਸਿੱਖਿਆ ਫਿਜ਼ੀਕਲ ਐਜੂਕੇਸ਼ਨ 'ਚੋਂ ਸਾਨੂੰ ਸਵਾਲ ਕਰ ਸਕਦੇ ਹੋ ਵੀਰੇ ਵਧੀਆ ਜਵਾਬ ਦੇਣੇ ਹੁਣ ਆਪਣੀ ਮੈਡਮ 'ਚ ਗੁੱਸੇ ਹੋਗੇ ਵੀਰੇ ਆਪਾਂ ਨੂੰ ਕਿਸੇ ਨੂੰ ਨਹੀਂ ਪੜਾਉਣਾ ਆਪਣਾ ਸਾਰਾ ਫਿਊਚਰ ਖਰਾਬ ਹੋ ਜਾਊਗਾ ਵੀਰੇ ਹਾਂਜੀ ਖਰਾਬ ਹੋ ਜਾਊਗਾ ਮੈਡਮ ਫਿਊਚਰ 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 ਸਾਡਾ ਫਿਊਚਰ ਫਿਊਚਰ ਇਹਨੂੰ ਵੀ ਕੁਝ ਸਿਖਾ ਦੇ ਅਗਰ ਫਿਰ ਤੂੰ ਫਿਊਚਰ ਫਿਊਚਰ ਹਾਂਜੀ ਉਹੀ ਫਿਊਚਰ ਹਾਂਜੀ ਫਿਊਚਰ ਹੀ ਹੋਣਾ ਤੇਰਾ ਫਿਊਚਰ ਮੈਨੂੰ ਪਤਾ ਹਾਂਜੀ ਹਾਂਜੀ ਮੈਂ ਨਾ ਕਹਿੰਦੀ ਹਾਂ ਵੀ ਫਿਜ਼ੀਕਲ ਐਜੂਕੇਸ਼ਨ 'ਚ ਸਾਨੂੰ ਜਿੰਨੇ ਮਰਜ਼ੀ ਸਵਾਲ ਪੁੱਛ ਲਓ ਮੈਡਮ ਜੀ ਐਂ ਕਰਕੇ ਸਾਰੇ ਸਵਾਲ ਫਿਜ਼ੀਕਲ ਐਜੂਕੇਸ਼ਨ ਕੀ ਸਾਡੇ ਕੋਲ ਵੀ ਤਾਂ ਦਿਮਾਗ ਹੋਣਾ ਚਾਹੀਦਾ ਉਹ ਤਾਂ ਤੂੰ 2 ਘੰਟੇ ਦਾ ਖਾਣ ਲੱਗੀ ਹੋਈ ਆ ਮੈਡਮ ਨਾ ਤੁਸੀਂ ਨਾ ਪਲੀਜ਼ ਸਾਨੂੰ ਪੁੱਟ ਕੁਐਸਚਨ ਕਰੋ ਹਾਂਜੀ ਕੀ ਪੁੱਟ ਦਾ ਕੁਐਸਚਨ ਹਾਂਜੀ ਪੁੱਟ ਦਾ ਕੁਐਸਚਨ ਪੁੱਟ ਦਾ ਕੁਐਸਚਨ ਉਹ ਕਹਿ ਰਹੀ ਹੈ ਕਿ ਸਵਾਲ ਪੁੱਛੋ ਅਸੀਂ ਪੇਪਰ ਚੈੱਕ ਕਰਨੇ ਆ ਤੁਸੀਂ ਪਲੀਜ਼ ਇੱਥੋਂ ਜਾਓ ਕੀ ਪਾਸ ਕਿਸ ਹੁੰਦੀ ਹੈ ਵੀਰੇ ਹਣ ਮੈਡਮ ਜੀ ਮੈਂ ਸੱਚ ਕਹਿੰਨੀ ਆ ਨਾ ਹੁਣ ਅਸੀਂ ਆਈ ਗਏ ਆ ਸਾਰਾ ਕੰਮ ਅਸੀਂ ਹੋਮਵਰਕ ਕਰ ਲਿਆ ਹਨਾ ਤੁਸੀਂ ਆ ਰਾਈਟਿੰਗ ਨਾ ਤੇਰੀ ਜਮਾ ਵੀ ਮੈਨੂੰ ਸਮਝ ਨਹੀਂ ਆ ਰਹੀ ਤੇ ਪੰਜਾਬੀ ਦਾ ਕੰਮ ਤੂੰ ਦੁਬਾਰਾ ਕਰਕੇ ਆਈ ਹਾਂਜੀ ਕੋਈ ਗੱਲ ਨਹੀਂ ਹਣਾ ਫਿਜ਼ੀਕਲ ਐਜੂਕੇਸ਼ਨ ਬਾਰੇ ਕੁਝ ਵੀ ਪੁੱਛ ਸਕਦੇ ਹੋ ਅਸੀਂ ਇੰਟੈਲੀਜੈਂਟ ਬੱਚੇ ਆ ਅਸੀਂ ਇੱਕਦਮ ਜਵਾਬ ਦੇ ਇੱਕ ਕੰਮ ਕਰਦੇ ਆ ਹਾਂਜੀ ਤੁਸੀਂ ਸਾਰਾ ਕੰਮ ਕਰ ਲਿਆ ਨਾ ਹਾਂਜੀ ਮੈਡਮ ਪੇਜ ਪਰ ਗੱਲ ਦੇਖਦਾ ਨਾ ਲਿਖ ਕੇ ਤੁਹਾਡੇ ਕੋਲ ਹੀ ਆਉਣੇ ਆ ਉਹ ਹਾਂਜੀ ਠੀਕ ਹੈ ਥੈਂਕ ਯੂ
तुम्हारा होमवर्क हो गया है तो तुम बेले घूमो, इससे अच्छा है ना घर जाकर ये 1 से 20 हजार तक तुम्हें काउंटिंग लिखनी है, ठीक है? तो ये कर मैडम, एक मिनट एक तो 20 हजार तक काउंटिंग कराएंगे। हाँ, तुम लोग स्पेशल स्टूडेंट्स हो, ले हैप्पी, तू भी लिख मैडम जी। और तरफ हो जाओ दोनों यहाँ से, ले हैप्पी, ये करके नहीं लेकर आए ना दोनों, तो दोनों को बहुत मार पड़ेगी, दफा हो जाओ दोनों यहाँ से। मैडम जी मेरे तेरे वाला भी मैं हां जी बेटा बिल्कुल, ਤੁਸੀਂ ਦੋਨੇ ਜਣੇ ਰੱਖ ਲਓ ਨਾ, ਤੇ ਮੈਂ ਨਾ ਤੁਹਾਨੂੰ ਗੱਲ ਦੱਸਾਂ, ਦੋਨ ਆਇ ਨਹੀਂ ਕਹਿਦਾ ਹੁੰਦਾ ਦਫਾ ਜਾਓ, ਐਦਾਂ ਕਹਿਦਾ ਹੁੰਦਾ ਕਿਰਪਿਆ ਤਸ਼ਰੀਫ ਲੈ ਜਾਈਏ। ਹਾਂ ਜੀ ਠੀਕ ਹੈ। ਫਿਜ਼ੀਕਲ ਐਜੂਕੇਸ਼ਨ ਦੇ ਕੁਐਸਚਨ ਯਾਦ ਆ ਰਹੇ ਸਾਨੂੰ, ਕਹਿੰਦੇ ਆ ਕਿ ਚੱਜ ਨਾਲ ਗੱਲ ਕਰਨੀ ਚਾਹੀਦੀ ਆ ਹਨਾ। ਹੈਪੀ ਤੂੰ ਵਧੀਆ ਨਹੀਂ, ਤੁਹਾਡੇ ਵਰਗੇ ਬੱਚੇ ਹੋਣ ਤਾਂ ਅਸੀਂ ਕਿੱਦਾਂ ਬੋਲ ਸਕਦੇ ਹਾਂ। ਗੁੱਡੀ ਹਮਾਰਾ ਦਿਲ ਕਿਸ ਸਾਈਡ ਹੁੰਦਾ ਹੈ? ਮੈਡਮ ਸਾਡਾ ਦਿਲ, ਸਾਡਾ ਦਿਲ ਬੇਈਮਾਨ ਤੇਰੇ ਉੱਤੇ ਪਤਾ ਨਹੀਂ ਕਿੱਧਰ ਕਿੱਧਰ ਦੀ ਕਿੱਧਰ ਨਿਕਲ ਜਾਂਦਾ। ਮੈਨੂੰ ਲੱਗਦਾ ਇਹਦੇ ਕੋਲ ਦਿਲ ਹੀ ਨਹੀਂ ਹੋਣਾ ਗਾ, ਤਾਂ ਹੀ ਤੇ ਮੈਡਮ ਜੀ ਹਨਾ ਸੋਰੀ ਵਿੱਚ ਗੀਤ ਆ ਗਿਆ ਸੀਗਾ, ਮੇਰਾ ਦਿਲ ਸਾਡੇ ਕੋਲ 3 ਦਿਲ ਆ। ਹਾਂਜੀ ਖੱਬੇ ਪਾਸੇ 3 ਦਿਲ, 3 ਦਿਲ ਹਾਂਜੀ, ਮਤਲਬ ਕਿੱਦਾਂ ਸਾਡੇ ਕੋਲ ਹੈਗੇ? ਦੇਖੋ ਇੱਕ ਦੋ, ਇੱਕੋ ਪਿੱਛੇ ਪਿਆ ਹੋ ਗਏ ਨਾ 3 ਦਿਨ। ਅੱਛਾ ਸਾਡੇ ਸਰੀਰ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਮੈਡਮ ਜੀ? ਕਿਹੜੇ ਬੰਦੇ ਦੀਆਂ ਹੱਡੀਆਂ ਪੁੱਛਦੇ? ਤੂੰ ਆਪਦੀਆਂ ਹੀ ਦੱਸ। ਸਾਡੀਆਂ ਤਾਂ ਜੀ ਹਨਾ 200 ਵੀਰੇ ਕਿੰਨੀਆਂ ਹੁੰਦੀਆਂ ਨੇ? 226 ਹੱਡੀਆਂ ਹੁੰਦੀਆਂ ਨੇ ਹਨਾ। ਹੁਣ ਜਿਹੜੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਹੱਡੀਆਂ ਤੋੜ ਦਾਂਗੇ, ਹੱਡੀਆਂ ਤੋੜ ਦਾਂਗੇ। ਉਹ ਥੋੜੀ ਜਿਹੀ ਟੁੱਟ ਵੀ ਤਾਂ ਗਈਆਂ ਸੀ। ਹਾਂਜੀ ਵਿੱਚ ਇੱਕ ਅੱਧੀ ਭੁਰ ਵੀ ਗਈ ਹੋਣੀ ਹੁਣ। ਹਾਂਜੀ ਹਾਂਜੀ ਉਹ ਵਿੱਚ 3 ਦਿਲ ਹੈ ਨਾ, 3 ਦਿਲ ਨਹੀਂ ਹੈ, 5 ਦਿਲ ਹੈ। ਤੋ ਪਲੀਜ਼ ਆਪਣੇ 3 ਦਿਲ ਕੋ ਲੈ ਕੇ ਜਾਓ ਔਰ ਹਮ 2 ਦਿਲ ਕੋ ਛੋੜ ਦੋ ਯਾਰ। ਮੈਡਮ ਤੁਸੀਂ ਨਾ ਹਮੇਸ਼ਾ ਰੋਂਦੇ ਰਹਿੰਦੇ ਹੋ, ਤੁਹਾਨੂੰ ਕਿਹਨੇ ਕਿਹਾ ਸੀਗਾ ਵੀ ਤੁਸੀਂ ਟੀਚਰ ਹੀ ਬਣਨਾ ਗਾ? ਚਲੇ ਜਾਓ ਯਹਾਂ ਸੇ, ਹਮੇ ਥੋੜੀ ਪੜ੍ਹਾਈ ਕਰਨੇ ਦੋ, ਤੁਮ ਲੋਗੋ ਨੇ ਕਰ ਲਿਆ ਨਾ, ਹਮਾਰੇ ਵੀ ਪੇਪਰ ਹੈ। ਰੰਗੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ। ਅਸੀਂ ਤੁਹਾਨੂੰ ਦੁਨੀਆ ਤੋਂ ਜਾਣ ਨੂੰ ਨਹੀਂ ਕਿਹਾ, ਅਸੀਂ ਤੁਹਾਨੂੰ ਇੱਥੋਂ ਜਾਣ ਨੂੰ ਕਿਹਾ। ਅੱਛਾ ਮੈਡਮ ਜੀ ਇੱਕ ਮਿੰਟ ਗੱਲ ਸੁਣੋ ਨਾ, ਤੁਸੀਂ ਕਿਹਾ ਕਿ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਬੰਦਾ ਹਨਾ ਤਾਂ ਪੜਦਾ ਵੀ ਹਨਾ ਬੰਦਾ ਫਿੱਟ ਹੋ ਜਾਂਦਾ ਹਨਾ, ਜੇ ਫਿਟਨੈਸ ਦੀ ਗੱਲ ਆਉਂਦੀ ਆ ਮੈਡਮ ਤੇ ਦੂਜੀ ਮੈਡਮ ਤਾਂ ਭੱਜ ਗਈ। ਤੁਸੀਂ ਦੇਖ ਲਓ ਫਿਰ, ਤੁਮ ਤਾਂ ਫਿੱਟ ਹੋਈ ਨਹੀਂ ਨਾ, ਤੁਹਾਡੀ ਤਾਂ ਹੱਡੀ ਟੁੱਟ ਗਈ ਸੀ ਕੋਈ। ਮੈਡਮ ਨਹੀਂ ਨਹੀਂ, ਜਦੋਂ ਫਿਟਨੈਸ ਦੀ ਗੱਲ ਆਉਂਦੀ ਆ ਉਹ ਫਿਰ ਤੁਸੀਂ ਹਨਾ ਉਹ ਸਵਾਲ ਪੁੱਛਦੇ ਚੰਗੇ ਨਹੀਂ ਲੱਗਦੇ। ਅਸੀਂ ਤਾਂ ਤੁਹਾਨੂੰ ਪੁੱਛ ਹੀ ਨਹੀਂ ਰਹੇ ਸੀਗੇ ਫਿਜ਼ੀਕਲ ਐਜੂਕੇਸ਼ਨ ਦੇ ਬਾਰੇ, ਤੁਸੀਂ ਵੀ ਕਿਹਾ ਸੀ ਸਾਨੂੰ ਪੁੱਛੋ। ਹਾਂਜੀ ਮੈਡਮ, ਤੁਹਾਨੂੰ ਆਈ ਪਤਾ ਵੀ ਹਨਾ ਕ੍ਰਿਕਟ ਦੇ ਵਿੱਚ ਵਰਲਡ ਕੱਪ ਕਿਹਨੇ ਜਿੱਤਿਆ ਸੀਗਾ? ਕਿਹਨੇ ਜਿੱਤਿਆ? ਨਹੀਂ ਤੁਸੀਂ ਦੱਸੋ ਜੀ, ਹਰ ਵਾਰ ਟੀਚਰ ਹਮ ਹੈ ਕਿ ਤੁਮ ਹੋ? ਮੈਡਮ ਅਸੀਂ ਤਾਂ ਹੁਣ ਬਣਾਂਗੇ ਨਾ ਵੱਡੇ ਹੋ ਕੇ। ਕਿਤੇ ਬਸ ਗਏ ਮੈਡਮ। ਦੀਦੀ ਮੈਂ ਡਾਕਟਰ ਬਣੂੰਗਾ। ਵੀਰੇ ਡਾਕਟਰ ਬਣੇਗਾ ਜੇ ਇਦਾਂ ਦੀ ਮੈਡਮ ਨੂੰ ਕਿਤੇ ਹਨਾ ਦਿਮਾਗ ਦਿਮੂਗ ਹਿੱਲ ਗਿਆ। ਵੱਡੀ ਇੱਡੀ ਵੱਡੀ ਸੂਈ ਲਾ, ਮੈਂ ਕਿਹਾ ਵੀਰੇ ਮੋਨੋਸੈਲ ਭਰ ਭਰ ਕੇ ਲਾਈਏ ਨਾ। ਜੇ ਅਗਲੀ ਵਾਰ ਸੇ ਨਾ ਯਹਾਂ ਪਰ ਇੱਕ ਸੋਟੀ ਤੇ ਮੈਂ ਖੁਦ ਹੀ ਰਹੂੰਗੀ। ਮੈਡਮ ਜੀ ਕੀ ਕਿਹਾ ਤੁਸੀਂ, ਖੁਦ ਨੂੰ ਮੋਟੀ? ਕੁਝ ਨਹੀਂ ਮੈਂ ਕਿਹਾ, ਬਕਵਾਸ ਨਹੀਂ, ਟੀਚਰ ਹੈ ਉਹ ਮਾਰੀ। ਹਾਂਜੀ ਮੈਨੂੰ ਹਨਾ, ਮੈਂ ਬਹੁਤ ਰਿਸਪੈਕਟ ਕਰਦੀ ਹਾਂ। ਮੈਂ ਇਸ ਪ੍ਰਿੰਸੀਪਲ ਮੈਡਮ ਸੇ ਕੰਪਲੇਂਟ ਕਰੂੰਗੀ ਕਿ ਇਤਨੀ ਬਦਤਮੀਜ਼ ਸੇ ਬਾਤ ਕਰਤੀ ਹੈ ਮੁਝਸੇ। ਮੈਡਮ ਦੇਖੋ, ਮੈਡਮ ਤੁਸੀਂ ਕਦੋਂ ਦੇ ਬੋਲੀ ਜਾਂਦੇ ਹੋ ਮੇਰੀ ਦੀਦੀ ਨੂੰ ਬਦਤਮੀਜ਼, ਐਦਾਂ ਉਦਾਂ? ਨਹੀਂ ਹੈ ਬਦਤਮੀਜ਼, ਨਹੀਂ ਆ ਦਿਲ ਬਦਤਮੀਜ਼, ਦਿਲ ਬਦਤਮੀਜ਼। ਅੱਗੇ ਲੱਗਦਾ ਹੈ ਮੈਨੂੰ ਮੈਡਮ ਆਪ ਪਲੀਜ਼ ਕੋ ਫੋਨ ਕਰਿਓ, ਆਪਕੋ ਫੋਨ ਕਰਨਾ ਹੀ ਪੜੇਗਾ। ਕਰ ਹੀ ਲੋ ਮੈਡਮ, ਫਿਰ ਉਹ ਵੀ ਆ ਜਾਣਗੇ ਨਾ, ਉਨ੍ਹਾਂ ਦਾ ਵੀ ਐਂਟਰਟੇਨਮੈਂਟ ਕਰ ਹੀ ਦੇਣਗੇ ਭਈਆ। ਹੈਲੋ दीदी, मेरी सुई डिग गई। हाय सर, कैसे हैं आप? कैसी जा रही हैं आपकी छुट्टियाँ? अच्छी तो जाएंगी छुट्टी। वो ना मैंने इसलिए फोन किया था, आपने हमें ड्यूटी पे लगाया था तो हम स्कूल में बैठे काम कर रहे थे, लेकिन आपके वो दो चहेते बच्चे गुड्डी और हैप्पी यहाँ आए हुए हैं क्योंकि उन्हें अभी भी फिजिकल एजुकेशन की पढ़ाई करनी है। प्लीज क्या आप इनके घर वालों को फोन करके बोल सकते हैं कि इन्हें यहाँ से दफा कर दीजिए क्योंकि हम काम नहीं कर पा रहे हैं। हाँ जी, कर रहे हैं इनके घर पे फोन? पर सर, अरे सर बात तो सर ठीक है सर। मैंने कहा इनके घर पे फोन करके इन्हें घर भिजवा दो, तो कहते हैं हाँ घर पर ही फोन कर रहा हूँ कि इनके टिफिन भी भेज देंगे और आपके लिए भी खाना भेज देंगे। मैडम जी एक मिनट हूँ, तुम ध्यान ना गल सुन लो ना, ਪ੍ਰਿੰਸੀਪਲ ਸਰ ਕਿੰਨੇ ਸੱਚੇ ਇਨਸਾਨ ਨੇ, ਕਿੰਨੇ ਵਧੀਆ ਨੇ। ਹਾਂਜੀ ਚੰਗੇ ਆ ਨਾ ਵੀਰੇ? ਹਾਂਜੀ ਦੇਖੋ, ਉਹ ਚਾਹੁੰਦੇ ਆ ਵੀ ਸਾਡੇ ਦੇਸ਼ ਦੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਬੱਚਿਆਂ ਦਾ ਫਿਊਚਰ ਖਰਾਬ ਨਹੀਂ ਹੋਣਾ ਚਾਹੀਦਾ। ਫਿਊਚਰ ਨਹੀਂ, ਹਾਂਜੀ ਜਿਹੜਾ ਕੁਛ ਵੀ ਹੁੰਦਾ ਮੈਡਮ ਤੁਹਾਨੂੰ ਸਮਝ ਤਾਂ ਲੱਗ ਗਿਆ ਨਾ। ਹਾਂਜੀ ਮੇਰੀ ਇੱਕ ਗੱਲ ਹੋਰ ਵੀ, ਨਾਲੇ ਜਿਹੜੇ ਹਿਸਾਬ ਨਾਲ ਤੁਸੀਂ ਸਾਡੀ ਦੁਰਗਤ ਕਰਦੇ ਹੋ ਸਾਡਾ ਤਾਂ ਫਿਊਚਰ ਖਰਾਬ ਹੀ ਹੋਊਗਾ। ਹਾਂਜੀ
जिस हिसाब से आपने अपनी दुर्गति की हुई है ना, आपका फ्यूचर वैसे भी खराब है, उसमें हमारा हाथ नहीं है। मैडम जी है ना, तुम बता। मैडम तुसी तो हाथ तो लेके पूरे पैर तक साडे नाल अपने मोडे ना मोडा जोड़ के। तू कनेडा जाना ना, तेरा सपना ना कनेडा जाना। हां कर दे वीरे, यही लेके जाऊंगी तेन। यस मैडम, फिर तेनू मैं कोई शरारता नहीं करनी। हां मैं तेनू कनाडा भेज सकदी हां। पूछ के किद्दा डोंकी लग जाऊं? नहीं 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 नहीं, सारे काम डोंकी वाले तुम ही करती हो, इसके लिए मुझे जरूरत नहीं है। देखो अब तुम्हें पता है ना कि जब हमें कनाडा जाना है तो हमें बहुत पढ़ना पड़ता है ना, और जब गुड्डी के साथ रहोगे तो तुम पढ़ तो पाओगे नहीं। पर मैडम तुसी तो कैसे, मैं भी जाना सीगा, पर तुसी तो इतना पढ़े लिखे हो। हां जी मैडम ने जाना है। हां तो आई पता निक्के बच्चे दा ना पासपोर्ट नहीं बनदा हुंदा। क्यों नहीं बनदा? जमदे बच्चे दा भी पासपोर्ट बन जांदा। नहीं मैडम जमदा, और किने कहता कि पासपोर्ट नहीं बनदा? मैडम जी जमदा बच्चा थोड़ी है ना, एयरपोर्ट ते जाके है ना अपना चेक इन करा लूगा। कोई एयर पेरेंट्स नाल तो जा ही सकदा है मैडम जी। जे बच्चे दा कल्ले दा वीजा लग जे निक्का जा काका टिक टिक करदा, निक्के जे बच्चे दा नहीं लगेगा कल्ले दा वीजा, पेरेंट्स दा नाल लगेगा। हां जी सानू तो ना वैसे कही जांदे आ कि अरे तुम्हें पता अब वो तो तुम इसके साथ रहने लगे हो, प्रिंसिपल सर ने तुम्हारे लिए स्कॉलरशिप निकाली थी 1.5 लाख की। नहीं दीदी तुम्हें जो गाना ना वहां जाकर सब गाना, पर उसके लिए पढ़ाई करनी होगी, इसलिए फटाफट घर जाके अपना काम खत्म करके आओ। हां मेरे चलिए फिर आपा है ना, जाते जाते फिर एक एंटरटेनमेंट का कर जामा है ना। हां जी परदेसी परदेसी जाना नहीं जाना नहीं जाना नहीं, परदेसी मेरे यारा कहीं वो मत दिखाना, परदेसी मेरे यारा कहीं नहीं जाना। बच गए मैडम। Thank you.